ਕਾਲਜ ਦੇ ਵਿੱਚ ਪੜ੍ਹਦੇ ਹੋਏ 19-20 ਸਾਲ ਦੇ ਮੁੰਡੇ ਨੇ ਇੱਕ ਕੁੜੀ ਦੇ ਨਾਲ ਪਿਆਰ ਤੋਂ ਬਾਅਦ ਵਿਆਹ ਕਰਵਾ ਲਿਆ ਸੀ ਅਤੇ ਵਿਆਹ ਤੋਂ ਬਾਅਦ ਲੜਾਈ ਝਗੜਾ ਹੋਇਆ ਤਾਂ ਕੁੜੀ ਉਸ ਮੁੰਡੇ ਨੂੰ ਛੱਡ ਕੇ ਚਲੀ ਗਈ। ਇਹਨਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਰੋਬਿਨ ਦੇ ਵੱਲੋਂ ਬੀਤੇ ਦਿਨ ਜਦੋਂ ਉਹ ਆਪਣੇ ਪਿੰਡ ਆਇਆ ਤਾਂ ਉਸ ਨੂੰ ਅਗਵਾ ਕਰ ਲਿਆ ਗਿਆ, ਜਿਸ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਕੁੜੀ ਦੇ ਮਾਪਿਆਂ ਦੇ ਵੱਲੋਂ ਹੀ ਉਸ ਦੇ ਮੁੰਡੇ ਨੂੰ ਅਗਵਾ ਕੀਤਾ ਗਿਆ। ਇਸ ਸਾਰੇ ਮਾਮਲੇ ਦੇ ਵਿੱਚ ਰੋਬਿਨ ਨੂੰ ਪੁਲਿਸ ਨੇ ਲੱਭ ਲਿਆ, ਕਿਹੜੇ ਕਿਹੜੇ ਖੁਲਾਸੇ ਹੋਏ ਨੇ ਉਹ ਜਾਣ ਲੈਂਦੇ ਹਾਂ। ਅਤੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀ ਹੁਸ਼ਿਆਰਪੁਰ ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਪਿਤਾ ਸੁਰਜੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਸੀ ਕਿ ਉਹਨਾਂ ਦੇ ਦੋ ਲੜਕੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਲੜਕਾ ਜਿਸ ਦਾ ਨਾਮ ਰੋਬਿਨ ਹੈ ਅਤੇ ਉਮਰ 20 ਸਾਲ ਦੀ ਹੈ, ਜੋ ਕਿ ਫਤਿਹਗੜ੍ਹ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਹੈ। ਪਰ ਬੀਤੇ ਦਿਨ ਜਦੋਂ ਉਹ ਪਿੰਡ ਆਇਆ ਹੋਇਆ ਸੀ ਤਾਂ ਉਸਨੂੰ ਕਿਸੇ ਦੇ ਵੱਲੋਂ ਚੁੱਕ ਲਿਆ ਗਿਆ। ਉਸਦਾ ਮੋਟਰਸਾਈਕਲ ਲਾਵਾਰਿਸ ਹਾਲਤ ਦੇ ਵਿੱਚ ਮਿਲਿਆ ਸੀ ਅਤੇ ਉਸਦੇ ਲੜਕੇ ਦੀ ਭਾਲ ਦੇ ਲਈ ਉਹ ਪੁਲਿਸ ਦੇ ਅੱਗੇ ਮਿੰਨਤਾਂ ਕਰ ਰਿਹਾ ਸੀ। ਇਸ ਸਾਰੇ ਮੌਕੇ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਛਾਣਬੀਣ ਕੀਤੀ ਗਈ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਰੋਬਿਨ ਦਾ ਫੋਨ ਬੰਦ ਹੋ ਚੁੱਕਿਆ। ਪਰ ਉਸ ਤੋਂ ਪਹਿਲਾਂ ਉਸਨੇ ਆਪਣੇ ਛੋਟੇ ਭਰਾ ਨੂੰ ਫੋਨ ਕੀਤਾ ਸੀ। ਉਸ ਮੌਕੇ 'ਤੇ ਭਰਾ ਨੂੰ ਕੀ ਕੁਝ ਕਿਹਾ ਗਿਆ ਸੀ ਉਹ ਤੁਹਾਨੂੰ ਸੁਣਾ ਦੇਵਾਂਗੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਦਸੂਹਾ ਪੁਲਿਸ ਨੇ ਸਾਰੇ ਮਾਮਲੇ ਨੂੰ ਸੁਲਝਾ ਲਿਆ ਅਤੇ ਇਸ ਮਾਮਲੇ ਦੇ ਵਿੱਚ ਕਈ ਪਹਿਲੂ ਨਿਕਲ ਕੇ ਸਾਹਮਣੇ ਆਏ ਨੇ। ਵੱਡੇ ਖੁਲਾਸੇ ਹੋਏ ਨੇ ਜਿਸ ਦੇ ਵਿੱਚ ਪਤਾ ਲੱਗਿਆ ਕਿ ਕਿੰਝ ਇਹ ਮੁੰਡਾ ਸਕੂਲ ਦੇ ਬਾਹਰੋਂ ਗਾਇਬ ਹੋਇਆ ਸੀ। ਮਿਤੀ 7/10/22 ਨੂੰ ਪਿੰਡ ਓਡਰਾ ਤੋਂ ਸੁਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਇੰਸਪੈਕਟਰ ਬਿਕਰਮਜੀਤ ਸਿੰਘ ਉਹਨਾਂ ਕੋਲ ਇੱਕ ਬਿਆਨ ਲਿਖਾਇਆ ਸੀ। ਉਹਨਾਂ ਦੇ ਲੜਕੇ ਰੋਬਿਨ ਸਿੰਘ ਉਮਰ ਕਰੀਬ 20 ਸਾਲ ਨੂੰ ਕੋਈ ਨਾਮਰੂਮ ਵਿਅਕਤੀ ਜਿਹੜੇ ਆ ਕਾਰ ਵਿੱਚ ਅਗਵਾ ਕਰਕੇ ਲੈ ਗਏ ਜੀ। ਇਹ ਅਗਵਾ ਕਰਨ ਦੇ ਸੰਬੰਧ 'ਚ ਅਸੀਂ 365 IPC ਦਾ ਥਾਣਾ ਦਸੂਹਾ ਵਿੱਚ ਮੁਕੱਦਮਾ ਦਰਜ ਕੀਤਾ ਜੀ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਆ ਇਸ ਸਾਰੀ ਜਿਹੜੀ ਆ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ। ਮਾਣਯੋਗ SSP ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ IPS ਉਹਨਾਂ ਨੂੰ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ, ਕਿਉਂਕਿ ਇਹ ਲੜਕੇ ਦਾ ਫੋਨ ਬਿਲਕੁਲ ਬੰਦ ਹੋ ਗਿਆ ਸੀਗਾ ਜੀ। ਫਿਰ ਬੜੇ ਬਹੁਤ ਹੀ ਜਿਹੜੇ ਟੈਕਨੀਕਲੀ ਢੰਗ ਤਰੀਕੇ ਆਪਣੇ ਹਿਊਮਨ ਰਿਸੋਰਸਿਸ ਹੋਰ ਆਪਣੇ ਪੁਲਿਸ ਦੇ ਜਿਹੜੇ ਵਰਕ ਕਰਨ ਦੇ ਢੰਗ ਤਰੀਕੇ ਹੁੰਦੇ ਆ, ਔਰ CCTV ਕੈਮਰਿਆਂ ਦੀ ਮਦਦ ਨਾਲ ਅਸੀਂ ਉਸ ਪਿੰਡ ਤੋਂ ਸ਼ੁਰੂ ਹੁੰਦੇ ਹਾਂ ਜਿੱਥੋਂ ਇਹ ਲੜਕਾ ਆਪਣੇ ਘਰ ਦੇ ਵਿੱਚੋਂ ਨਿਕਲਦਾ। ਇਹ ਆ ਵੀ ਇਨਕੁਆਇਰੀ ਕਰਦਿਆਂ ਤਫਤੀਸ਼ ਕਰਦਿਆਂ ਇਹ ਗੱਲਾਂ ਸਾਹਮਣੇ ਆਉਂਦੀਆਂ ਵੀ ਇੱਕ ਜਿਹੜੀ ਕਾਰ ਹੈਗੀ ਆ ਉਹਦੇ ਪਿੰਡ ਤੋਂ ਆਉਂਦੀ ਹੈਗੀ ਆ, ਅਤੇ ਉਸ ਕਾਰ ਨੂੰ ਅਸੀਂ ਟਰੇਸ ਕੀਤਾ, ਉਹ ਕਰਨਾ ਦਾ ਲੜਕਾ ਵਿਚਕਾਰ ਖੜ੍ਹਾ, ਇਸ ਕਰਨਾ ਦੇ ਲੜਕੇ ਦੀ ਕਾਰ ਨਿਕਲਦੀ ਹੈ, ਕਠਾਣਾ ਪਿੰਡ ਦਾ ਰਹਿਣ ਵਾਲਾ ਜੀ। ਰੋਬਿਨ ਵੀ ਆ ਮੇਰੇ ਬਿਲਕੁਲ ਨਾਲ ਹੀ ਪਿੱਛੇ ਖੜ੍ਹਾ ਜੀ। ਰੋਬਿਨ ਇਹ ਤਫਤੀਸ਼ ਦੌਰਾਨ ਸਾਰੀਆਂ ਗੱਲਾਂ ਹੌਲੀ ਹੌਲੀ ਪਰਤਾਂ ਤੋਂ ਇਹ ਲੜਕਾ ਜਿਹੜਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਜਿਹੜਾ ਫਤਿਹਗੜ੍ਹ ਸਾਹਿਬ ਪੜ੍ਹਦਾ ਸੀ ਉੱਥੇ ਪੜ੍ਹਦੇ ਪੜ੍ਹਦੇ ਇਹ ਕਈ ਗਲਤੀਆਂ ਕਰ ਬੈਠਾ, ਇਹ ਮਾੜੀ ਸੁਸਾਇਟੀ 'ਚ ਰਲ ਗਿਆ, ਮਾੜੀ ਸੁਸਾਇਟੀ 'ਚ ਰਲਣ ਕਰਕੇ ਇਹਨੂੰ ਕਾਲਜ ਤੋਂ ਰੈਸਟੀਗੇਟ ਕਰ ਦਿੱਤਾ ਗਿਆ। ਇੱਕ ਲੜਕੀ ਨਾਲ ਉੱਥੇ ਨੇ ਲਵ ਮੈਰਿਜ ਕਰਾਈ, ਉਹ ਲੜਕੀ ਮੁੜ ਕੇ ਇਹਨੂੰ ਛੱਡ ਕੇ ਆਪਣੇ ਘਰੇ ਚਲ ਗਈ। ਇਹ ਅਗਰੈਸਿਵ ਜਿਹਾ ਹੋਇਆ, ਇੱਕ ਨੌਜਵਾਨ ਭਟ ਗਿਆ, ਨੌਜਵਾਨ ਬਣ ਗਿਆ ਇਹ, ਅਤੇ ਆਪਣੇ ਘਰੋਂ ਦਾ ਪੁਰਾਣੇ ਦੋਸਤਾਂ ਨਾਲ ਮੁੜ ਕੇ ਇਹਦਾ ਰੋਹਿਤ ਅਤੇ ਕਰਨ ਦੇ ਨਾਲ ਤਾਲਮੇਲ ਹੋ ਜਾਂਦਾ। ਇਹ 7/10 ਨੂੰ ਇੱਕ ਕਹਾਣੀ ਆਪਣੇ ਆਪ ਬਣਾਉਂਦਾ, ਆਪਣੇ ਆਪ ਨੂੰ ਅਗਵਾ ਕਰਨ ਦੀ। ਕਰਨ ਅਤੇ ਰੋਹਿਤ ਨੂੰ ਆਪਣੇ ਪਿੰਡ ਸੱਦਾ, ਆਪਣਾ ਮੋਟਰਸਾਈਕਲ ਉੱਥੇ ਸਾਈਡ 'ਤੇ ਲਾ ਕੇ ਅਤੇ ਕਾਰ ਵਿੱਚ ਬਹਿੰਦਾ, ਅਤੇ ਬਾਅਦ 'ਚ ਇਹਦੇ ਭਰਾ ਦੀ ਕਾਲ ਆਉਂਦੀ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕੋਈ ਅਗਵਾ ਕਰਕੇ ਲੈ ਗਿਆ, ਅਤੇ ਇਹ ਆਪਣੇ ਭਰਾ ਨੂੰ ਦੱਸਦਾ ਵੀ ਮੈਨੂੰ ਸਿਰ 'ਚ ਡੰਡਾ ਮਾਰ ਕੇ ਕਾਰ 'ਚ ਪਾ ਕੇ ਲੈ ਗਿਆ। ਟੈਕਨੀਕਲੀ ਢੰਗ ਤਰੀਕੇ ਹਿਊਮਨ ਰਿਸੋਰਸ ਅਤੇ ਆਪਣੇ ਪੁਲਿਸ ਦੇ ਵਰਕ ਕਰਨ ਦੇ ਢੰਗ ਤਰੀਕਿਆਂ ਦੀ ਮਦਦ ਦੇ ਨਾਲ, ਮਾਣਯੋਗ SSP ਸਾਹਿਬ ਦੀ ਯੋਗ ਅਗਵਾਈ ਵਿੱਚ ਉਹਨਾਂ ਦੇ ਬਹੁਤ ਹੀ ਜ਼ਿਆਦਾ ਮਦਦ ਦੇ ਨਾਲ, ਇਸ ਰੋਬਿਨ ਨਾਂ ਦੇ ਲੜਕੇ ਨੂੰ ਕੱਲ੍ਹ ਅਸੀਂ ਪੂਰਨਮਾ ਨਾਂ ਦੀ ਇੱਕ ਸੁਸਾਇਟੀ ਹੈਗੀ, ਪਾਰਸ ਪੂਰਨਮਾ ਨਾਂ ਦੀ ਸੁਸਾਇਟੀ ਖਰੜ ਤੋਂ ਲਾਂਡਰਾ ਰੋਡ 'ਤੇ, ਉਸ ਸੁਸਾਇਟੀ ਦੇ ਫਲੈਟ ਨੰਬਰ 10 ਦੇ ਵਿੱਚ ਇਹ ਲੁਕਿਆ ਸੀਗਾ ਜੀ। ਉੱਥੋਂ ਇਹਨੂੰ ਅਸੀਂ ਬਰਾਮਦ ਕੀਤਾ ਕੱਲ੍ਹ 4 ਵਜੇ ਸ਼ਾਮੀ, ਅਤੇ ਇਹ ਦੋਵੇਂ ਲੜਕੇ ਕਰਨ ਅਤੇ ਰੋਹਿਤ ਵੀ ਇਹ ਭੱਜ ਗਿਆ ਸੀ ਘਰੋਂ, ਅਤੇ ਇਹ ਵੀ ਕੱਲ੍ਹ ਸਾਡੇ ਕੋਲ ਜਿਹੜੇ ਪੇਸ਼ ਹੋ ਗਿਆ ਸੀਗੇ ਲੜਕੇ, ਇਹ ਲੜਕਿਆਂ ਨੂੰ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ ਅਸੀਂ, ਅਤੇ ਅੱਜ ਇਸ ਲੜਕੇ ਦਾ ਰੋਬਿਨ ਦਾ ਅਦਾਲਤ ਵਿੱਚ ਬਿਆਨ ਵੀ ਕਰਾਵਾਂਗੇ। ਇਹਦੇ ਮਨ ਵਿੱਚ ਇਹ ਭਟਕਿਆ ਸੀ, ਮਨ ਵਿੱਚ ਇੱਕ ਆਉਂਦੀ ਸੀ ਵੀ ਮੈਂ ਉਸ ਲੜਕੀ ਦੇ ਪਰਿਵਾਰ ਨੂੰ ਵਸਾਊਂਗਾ, ਘਰ ਦੇ ਮੈਨੂੰ ਬਾਹਰ ਨਹੀਂ ਜਾਣ ਦਿੰਦੇ, ਮੈਂ ਘਰੋਂ ਬਾਹਰ ਚਲ ਜਾਊਂਗਾ ਆਪਣੇ, ਕਿਉਂਕਿ ਇਹ ਆਪਣੀ ਮਾੜੀ ਸੁਸਾਇਟੀ ਵਿੱਚ ਰਲ ਕੇ ਛੋਟੀ ਉਮਰ ਹੈਗੀ ਆ, ਅਤੇ ਇਹ ਜ਼ਿਆਦਾ ਭਟਕ ਗਿਆ, ਭਟਕ ਕੇ ਇਹਨੇ ਆਪਣੇ ਦਿਮਾਗ ਦੇ ਵਿੱਚ ਇੱਕ ਜਿਹੜੀ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ, ਬੜੇ 3 ਦਿਨ ਦੀ ਬਹੁਤ ਸਖਤ ਮਿਹਨਤ ਦੇ ਨਾਲ, ਜਾਂ ਵੀ ਮੈਂ ਖੁਦ ਵੀ ਜਿਹੜਾ ਆ ਪਰਸੋਂ ਸਾਰੀ ਰਾਤ ਇੰਸਪੈਕਟਰ ਬਿਕਰਮਜੀਤ ਸਿੰਘ, ਮੈਂ ਜਿਹੜਾ ਅਸੀਂ ਉੱਥੇ ਉਸ ਏਰੀਏ ਦੇ ਵਿੱਚ ਕਾਫੀ ਸਰਚ ਕੀਤੀ ਸੀਗੀ, ਕੱਲ੍ਹ ਜਿਹੜਾ ਇਹ ਸ਼ਾਮੀ ਇੰਸਪੈਕਟਰ ਬਿਕਰਮਜੀਤ ਉਹਨਾਂ ਨੂੰ ਉੱਥੋਂ ਮਿਲ ਜਾਂਦਾ। ਅੱਜ ਮਾਣਯੋਗ ਅਦਾਲਤ ਵਿੱਚ ਇਹਦਾ ਅਸੀਂ ਰੋਬਿਨ ਸਿੰਘ ਦਾ ਬਿਆਨ ਕਰਾਵਾਂਗੇ, ਇਹਦੇ ਫਾਦਰ ਦਾ ਵੀ ਬਿਆਨ ਕਰਾਵਾਂਗੇ, ਉਸ ਬਿਆਨ ਦੇ ਆਧਾਰ 'ਤੇ ਜਿਹੜੀ ਤਫਤੀਸ਼ ਜਿਹੜੀ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ। ਜਿਹੜੀ ਦਸੂਹਾ ਪੁਲਿਸ ਨੇ ਗੁੰਮਰਾਹ ਕੀਤਾ ਆ, ਉਹਦੇ 'ਤੇ ਵੀ ਕਾਰਵਾਈ ਕੀਤੀ ਜਾਵੇ? ਦੇਖੋ ਸਾਡਾ ਨਾ ਜੀ, ਅਸੀਂ ਤਾਂ ਲੋਕਾਂ ਦੀ ਮਦਦ ਵਾਸਤੇ ਬੈਠੇ ਹਾਂ ਜੀ,
ਕੋਈ ਬੱਚਾ ਛੋਟੀ ਉਮਰ ਦੇ ਵਿੱਚ ਜਿੱਦਾਂ ਇਹੀ ਕੇਸ ਲਾ ਲਓ ਸਾਰਾ, ਇਹ ਇੱਕ ਛੋਟੀ ਉਮਰ ਦੇ ਵਿੱਚ ਨਾ ਸਮਝੀ ਕਾਰਨ ਜਿਹੜਾ ਆ ਇਹ ਇੱਕ ਸਾਰਾ ਇਹਦੇ ਵੱਲੋਂ ਵਰਤਾਰਾ ਜਿਹੜਾ ਕੀਤਾ ਗਿਆ। ਇਸ ਕਰਕੇ ਛੋਟੀ ਉਮਰ ਆ ਬੱਚੇ ਨੇ ਸਾਰੇ, ਅਤੇ ਸਾਡੇ ਸੀਨੀਅਰ ਪੁਲਿਸ ਅਫਸਰਾਂ ਦੀ ਮਾਨਯੋਗ SSP ਸਾਹਿਬ ਦੀ ਵੀ ਇਹੀ ਸੋਚ ਹੈਗੀ ਵੀ ਇਹਨਾਂ ਨੂੰ ਸੁਣਨ ਦਾ ਮੌਕਾ ਦਿੱਤਾ ਜਾਵੇ, ਕਿਉਂਕਿ ਇਹਨਾਂ ਦੇ ਪਰਿਵਾਰ ਦੀ ਕੋਈ ਮਿਲੀ ਭੁਗਤ ਨਹੀਂ ਸੀ ਇਸ ਗੱਲ ਦੇ ਵਿੱਚ। ਇਹਦੇ ਫਾਦਰ ਦੇ ਬਿਆਨ 'ਤੇ ਪਰਚਾ ਦਰਜ ਹੋਇਆ ਸੀ, ਜੇ ਇਹਦੇ ਫਾਦਰ ਦੀ ਵੀ ਕੋਈ ਮਿਲੀ ਭੁਗਤ ਹੁੰਦੀ ਇਹਦੇ ਨਾਲ, ਫਿਰ ਤਾਂ ਇਹ ਦੋਸ਼ੀ ਬਣਦੇ ਸੀਗੇ, ਫਾਦਰ ਵੀ ਦੋਸ਼ੀ ਬਣਦਾ ਸੀ। ਪਰ ਜੋ ਕਹਾਣੀ ਸਾਹਮਣੇ ਆਈ ਆ ਇਸ ਕਾਰਨ ਕਰਕੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ, ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਬਿਆਨ ਜ਼ਰੂਰ ਕਰਾਵਾਂਗੇ, ਇਹਦੇ ਫਾਦਰ ਸਾਹਿਬ ਦਾ ਬਿਆਨ ਕਰਾਵਾਂਗੇ। ਮੈਨੂੰ ਤਾਂ ਸਰ ਕੋਈ ਪਤਾ ਨਹੀਂ, ਮੈਂ ਤਾਂ ਸ਼ਹਿਰ ਹੀ ਸੀਗਾ, ਮੈਨੂੰ ਫੋਨ ਗਿਆ ਵੀ ਮੁੰਡੇ ਨੂੰ ਲੈ ਕੇ ਚੱਕ ਕੇ। ਬੇਟੇ ਨੂੰ ਕੀ ਨਾਮ ਹੈ ਬੇਟੇ ਦਾ? ਰੋਬਨ ਸਿੰਘ। ਕਿੰਨੀ ਉਮਰ ਸੀਗੀ? 20 ਸਾਲ। ਅਤੇ ਕਿੰਨੇ ਵਜੇ ਦੀ ਘਟਨਾ ਹੋਈ ਹੈ? ਇਹ 1:45 ਅਤੇ 1:55 ਦੇ। ਅਤੇ ਆਪਣੇ ਪਤਾ ਲੱਗਾ ਜਿਹੜੇ ਕੌਣ ਸੀ ਜਾਂ ਕੋਈ ਲਾਗ ਡਾਟ ਕੇਸ ਨਾਲ ਜਾਂ ਕੋਈ ਰੰਜਿਸ਼ ਹੋਈ? ਅਜੇ ਤੱਕ ਤਾਂ ਸਾਨੂੰ ਸ਼ੱਕ ਹੀ ਆ ਉਹਨਾਂ ਬੰਦਿਆਂ 'ਤੇ। ਦੇਖੋ ਹੁਣ ਅੱਗੇ ਕੋਈ ਲਾਗ ਡਾਟ ਸੀ ਕਿਸੇ ਨਾਲ? ਨਹੀਂ, ਲਾਗ ਡਾਟ ਕੋਈ ਨਹੀਂ ਸਾਡੀ। ਉਹ ਜਿਹੜੇ ਆ ਸਾਡੇ ਇੱਥੇ ਬੇਟੀ, ਇਹਨਾਂ ਦੇ ਸਾਡਾ ਮੁੰਡੇ ਨਾਲ ਲਿਆਇਆ ਸੀ, ਇੱਕ ਕੰਮ ਹੋਇਆ ਸੀ ਫਤਿਹਗੜ੍ਹ ਸਾਹਿਬ ਦੇ ਬੰਦਿਆਂ 'ਤੇ, ਸਾਨੂੰ ਸ਼ੱਕ ਆ ਸਾਰੀ। ਹਾਂਜੀ, ਕੀ ਕੰਮ ਕਰਦਾ? ਉਹਨਾਂ ਨੇ ਉੱਥੇ ਕੰਮ ਕਰਾਇਆ ਸਾਰਾ ਉਹ। ਬੇਟਾ ਕੰਮ ਕੀ ਕਰਦਾ ਸੀ? ਹਾਂਜੀ, ਕੀ ਕੰਮ ਕਰਦਾ ਸੀ ਬੇਟਾ? ਬੇਟਾ ਮੇਰਾ ਉੱਥੇ ਫਤਿਹਗੜ੍ਹ ਸਾਹਿਬ ਪੜ੍ਹਦਾ ਸੀ, ਅਕੈਡਮੀ ਸੀਗਾ ਉਹ। ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਮੰਗ ਇਹ ਕਰਦੇ ਮੇਰੇ ਬੇਟਾ ਹੁਣ ਚਾਹੀਦਾ ਠੀਕ ਠਾਕ। ਗੁਰਵਿੰਦਰ, ਤੁਹਾਡੀ ਬ੍ਰਦਰ ਨਾਲ ਆਪਣੀ ਲਾਸਟ ਟਾਈਮ ਫੋਨ 'ਤੇ ਗੱਲ ਹੋਈ ਹੈ, ਕੀ ਕਹਿੰਦੇ? ਹਾਂਜੀ, ਹੋਈ ਸੀ। ਉਹ ਮੈਂ ਪਹਿਲਾਂ ਫੋਨ ਲਾਇਆ, ਉਹਨਾਂ ਨੇ ਚੱਕਿਆ ਨਹੀਂ, ਦੂਸਰੀ ਵਾਰ ਚੱਕਿਆ, ਉਹ ਕਹਿੰਦੇ ਮੇਰੇ ਸਿਰ 'ਚ ਕਿਸੇ ਨੇ ਡੰਡਾ ਮਾਰਿਆ, ਮੈਨੂੰ ਕੋਈ ਚੱਕ ਕੇ ਲੈ ਗਿਆ ਗੱਡੀ 'ਚ ਬਿਠਾ ਕੇ, ਤਾਂ ਮੈਨੂੰ ਹੋਸ਼ ਨਹੀਂ ਸੀਗੀ। ਫਿਰ ਇਸ ਤਰ੍ਹਾਂ ਮੇਰੇ ਨਾਲ ਗੱਲ ਹੋਈ, ਫਿਰ ਮੈਂ ਘਰਦਿਆਂ ਨੂੰ ਫੋਨ ਦੱਸਿਆ, ਫਿਰ ਕਰਕੇ ਬਸ ਇੰਨਾ ਕਿ ਮੈਨੂੰ ਪਤਾ ਜੀ ਉਹਨੇ ਦੱਸਿਆ ਜੀ, ਬਸ ਇਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ ਹੋਈ ਮੇਰੇ ਨਾਲ। ਨੇ ਅਤੇ ਤੁਹਾਡੇ ਕੋਲ ਰਿਕਾਰਡਿੰਗ ਵੀ ਹੈਗੀ ਆਪਣੇ ਬ੍ਰਦਰ ਨਾਲ? ਹਾਂਜੀ ਹੈਗੀ ਆ, ਹੈ ਮੇਰੇ ਤੋਂ ਰਿਕਾਰਡਿੰਗ ਹੈ ਉਹਦੀ। ਕੀ ਸਹਿਮਿਆ ਹੋਇਆ ਸੀ ਜਦੋਂ? ਸਹਿਮਿਆ ਸੀਗਾ, ਬਹੁਤ ਡਰਿਆ ਸੀਗਾ ਜੀ, ਹੋਸ਼ 'ਚ ਨਹੀਂ ਸੀਗਾ, ਪੂਰੀ ਮੂੰਹ ਬੰਨਿਆ ਸੀਗਾ ਉਹਦਾ, ਮੂੰਹ ਬੰਨਿਆ ਹੀ ਦੱਸਿਆ ਜੀ ਉਹਨੇ। ਅਤੇ ਲਾਸਟ ਸਮਾਂ ਕਿੰਨਾ ਸਮਾਂ ਹੋ ਗਿਆ ਤੁਸੀਂ ਆਪਣੇ ਜਦੋਂ ਭਰਾ ਨੂੰ ਮਿਲੇ ਸੀ? ਲਾਸਟ ਸਮਾਂ ਕਿੰਨੇ ਵਜੇ ਦੀ ਗੱਲ? ਲਾਸਟ ਸਮਾਂ 1 ਵਜੇ ਮਿਲਿਆ ਸੀਗਾ ਉਹਨੂੰ ਮੈਂ ਘਰੇ। ਕਿੰਨੇ ਵਜੇ ਫੋਨ 'ਤੇ ਗੱਲਬਾਤ ਹੋਈ ਤੁਹਾਡੀ? ਮੇਰੀ 2:05 'ਤੇ ਗੱਲ ਹੋਈ ਸੀਗੀ ਇੱਥੇ ਆ ਕੇ, ਜਦੋਂ ਮੈਨੂੰ ਪਤਾ ਲੱਗਾ ਮੋਟਰਸਾਈਕਲ ਉੱਥੇ ਮੇਰਾ ਡਿੱਗਿਆ ਪਿਆ ਸੀਗਾ, ਫਿਰ ਮੈਂ ਗਿਆ, ਫਿਰ ਉਹਨੂੰ ਫੋਨ ਕੀਤਾ, ਫਿਰ ਉਹਨੇ ਮੈਨੂੰ ਸਭ ਕੁਝ ਦੱਸਿਆ, ਕਹਿੰਦਾ ਮੈਨੂੰ ਕੋਈ ਲੈ ਗਿਆ ਚੱਕ ਕੇ ਗੱਡੀ 'ਚ ਪਾ ਕੇ। ਬਸ ਬਹੁਤੀ ਗੱਲ ਨਹੀਂ ਹੋਈ ਮੇਰੇ ਨਾਲ, ਥੋੜ੍ਹੀ ਗੱਲ ਹੋਈ, ਫਿਰ ਉਹਨਾਂ ਨੇ ਫੋਨ ਖੋਲਿਆ ਉੱਤੋਂ। ਰੋਬਿਨ ਦੇ ਵੱਲੋਂ ਕੀਤੀਆਂ ਹੋਈਆਂ ਜਵਾਨੀ 'ਚ ਗਲਤੀਆਂ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਵੀ ਉਸਨੂੰ ਮਾਫ਼ ਕਰਨ ਦੀ ਹੀ ਗੱਲ ਆਖੀ ਜਾ ਰਹੀ ਹੈ। ਦੱਸ ਦਈਏ ਕਿ ਇਸ ਮੁੰਡੇ ਨੇ, ਜਿਸ ਦੀ ਉਮਰ 20 ਸਾਲ ਹੈ, ਆਪਣੇ ਘਰਦਿਆਂ ਦੇ ਨਾਲ ਵੀ ਧੋਖਾ ਕੀਤਾ ਅਤੇ ਪਿਆਰ ਦੇ ਵਿੱਚ ਵੀ ਉਹ ਸਫਲ ਨਹੀਂ ਹੋ ਪਾਇਆ, ਜਿਸ ਕਰਕੇ ਇਸਨੇ ਗਲਤ ਫੈਸਲੇ ਲੈ ਲਏ। ਪਰ ਹੁਣ ਸਮਾਂ ਕਿ ਉਸਨੂੰ ਸੰਭਲਣ ਦਾ ਮੌਕਾ ਮਿਲਿਆ ਅਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਸਹੀ ਫੈਸਲੇ ਕਰਕੇ ਮਾਂ ਬਾਪ ਅਤੇ ਘਰਦਿਆਂ ਦੀਆਂ ਨਜ਼ਰਾਂ ਦੇ ਵਿੱਚ ਖੁਦ ਨੂੰ ਸਹੀ ਸਾਬਿਤ ਕਰੇ।